ਮਿੱਤਰੋ, ਅੱਜ ਆਪਾਂ ਗੱਲ ਕਰਦੇ ਹਾਂ ਸ਼ਹਿਦ ਦੀ। ਸ਼ਹਿਦ ਦੀ ਗੱਲ ਆ ਵੀ ਆਪਾਂ ਕਹਿ ਦਿੰਦੇ ਹਾਂ ਵੀ ਮਾਰਕੀਟ ਦੇ ਵਿੱਚ ਜਿਹੜਾ ਇੱਕ ਡੁਪਲੀਕੇਟ ਜਾਂ ਮਿਲਾਵਟ ਵਾਲਾ ਸ਼ਹਿਦ ਵਿਕ ਰਿਹਾ ਹੈ ਨਾ, ਅਤੇ ਆਹ ਤੁਸੀਂ ਸਾਹਮਣੇ ਮੇਰੇ ਦੇਖ ਸਕਦੇ ਹੋ, ਬਾਈ ਕੋਲ ਆਏ ਸੀਗੇ ਅਤੇ ਆਹ ਵੱਖੋ ਵੱਖ ਤਰ੍ਹਾਂ ਦਾ ਸ਼ਹਿਦ ਆ, ਪਰ ਆਪਾਂ ਆਹ ਸ਼ਹਿਦ ਨੂੰ ਹਮੇਸ਼ਾ ਸ਼ਹਿਦ ਮੰਨਦੇ ਹਾਂ ਹੈ ਨਾ, ਆਹ ਕਲਰ ਨੂੰ ਆਹ ਦੇਖ ਸਕਦੇ ਹੋ। ਅਤੇ ਬਾਕੀ ਆਪਾਂ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਵੀ ਆਹ ਵੀ ਸ਼ਹਿਦ ਹੁੰਦਾ, ਆਪਾਂ ਖਾਧਾ ਤਾਂ ਹੈ ਨਹੀਂ ਗਾ ਕਦੇ, ਅੱਜ ਬਾਈ ਨੇ ਦੱਸਿਆ ਸੀ ਵੀ ਆਹ ਵੀ ਯਾਰ ਆਹ ਸ਼ਹਿਦ ਨਾਲੋਂ ਬਹੁਤ ਵਧੀਆ ਗੁਣਕਾਰੀ ਹੁੰਦਾ ਗਾ। ਅਤੇ ਬਾਈ ਨਾਲ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਬਾਈ ਕੀ ਨਾਮ ਆ ਤੁਹਾਡਾ? ਜਗਸੀਰ ਸਿੰਘ। ਪਿੰਡ ਕਿਹੜਾ ਬਾਈ? ਪਿੰਡ ਚੋਰਮਾਰ ਖੇੜਾ। ਠੀਕ ਹੈ, ਸਰਸਾ। ਸਰਸਾ। ਅਤੇ ਬਾਈ ਆਪਾਂ ਇਕੱਲਾ ਸ਼ਹਿਦ ਨਹੀਂ ਲੈ ਖੜੇ, ਇੱਧਰ ਤੁਹਾਨੂੰ ਫਾਰਮ ਵੀ ਦਿਖਾ ਦਈਏ ਬਾਈ ਮੱਖੀਆਂ ਵਾਲਾ। ਅਤੇ ਇੱਕ ਨਹੀਂ ਗਾ, ਕਾਫੀ ਸਾਰੇ ਜਿਹੜੇ ਬਾਈ ਡੱਬੇ ਆ, ਬਕਸੇ ਆ ਮੱਖੀਆਂ ਦੇ, ਉਹ ਥਾਂ ਥਾਂ ਲੱਗ ਰੱਖੇ ਹੋਏ ਹੈ ਨਾ ਬਾਈ? ਬਿਲਕੁਲ। ਅਤੇ ਜਿਵੇਂ ਬਾਈ ਮੈਂ ਗੱਲ ਕੀਤੀ ਸੀ ਮੱਖੀਆਂ ਜਿਹੜਾ ਸ਼ਹਿਦ ਆ ਹੈ ਨਾ, ਅਤੇ ਇਹ ਮਿਲਾਵਟ ਦੀ ਵੀ ਆਪਾਂ ਨੂੰ ਤਾਂ ਵਹਿਮ ਹੀ ਹੁੰਦਾ ਵੀ ਆਹ ਵੀ ਭਾਈ ਮਿਲਾਵਟ ਵਾਲਾ ਹੋਊਗਾ, ਆਹ ਵੀ ਮਿਲਾਵਟ ਵਾਲਾ ਹੋਊਗਾ, ਵੀ ਆਹ ਸਹੀ ਹੈਗਾ, ਵੀ ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ? ਸੱਚਾਈ ਦੇ ਵਿੱਚ ਰੰਗਾਂ ਨਾਲ ਸਹੀ ਨਹੀਂ ਹੁੰਦਾ ਮਾਲ। ਹਾਂਜੀ। ਜਿਹੜਾ ਆਹ ਸ਼ਹਿਦ ਹੈ, ਹਾਂਜੀ ਆਹ ਸ਼ਹਿਦ, ਹਾਂਜੀ ਇਹ ਕੋਈ ਵੀ ਤੇਲੀਆ ਫਸਲ ਜਿਵੇਂ ਸਰੋਂ, ਤਾਰਾ ਮੀਰਾ, ਤੋਰੀਆ, ਹਾਂਜੀ ਅਤੇ ਨਰਮੇ ਜੀ, ਉਹਨਾਂ ਦਾ ਰਸ ਹੁੰਦਾ ਜਿਹੜਾ ਫਸਲਾਂ ਦਾ ਰਸ ਤੋਂ ਮੱਖੀ ਸ਼ਹਿਦ ਲਿਆਊ ਜੀ, ਉਹ ਸ਼ਹਿਦ 5-4 ਦਿਨਾਂ ਬਾਅਦ ਐਂ ਜੰਮ ਜੂਆ ਜੀ। ਉਹਦਾ ਕਾਰਨ ਕੀ ਹੁੰਦਾ, ਕੋਈ ਪਹਿਲੇ ਦਿਨ ਆਪਾਂ ਆਹ ਕੱਢ ਕੇ ਲਿਜਾਵਾਂਗੇ, ਆਹ ਫਾਰਮ ਦੇ ਵਿੱਚ ਸਰੋਂ ਦਾ ਸ਼ਹਿਦ ਹੈ, ਆਹ ਦੋਨੋਂ ਇੱਕੋ ਹੀ ਸ਼ਹਿਦ ਹੈ। ਠੀਕ ਹੈ ਬਾਈ। ਆਹ ਦੋਨੋਂ ਇੱਕੋ ਸ਼ਹਿਦ, ਆਹ ਹਿੱਲੀ ਜਾਂਦਾ ਜੰਮਿਆ ਪਿਆ, ਘਿਓ ਹੈ, ਘਿਓ ਵਾਲਾ ਕੰਮ ਹੈ ਵੀ ਪਹਿਲੇ ਦਿਨ ਨਿਕਲਦਾ ਆਹ ਚੀਜ਼ ਹੈ, ਘਿਓ 3-4 ਦਿਨਾਂ 'ਚ ਅੱਜ ਕੱਲ੍ਹ ਜੰਮ ਕੇ ਆਹ ਚੀਜ਼ ਬਣ ਜਾਂਦੀ ਬਾਈ। ਜਿਹੜਾ ਆਪਾਂ ਕਹਿ ਦਿੰਦੇ ਵੀ ਜੰਮ ਗਿਆ, ਉਹਦਾ ਯਾਰ ਬਾਈ ਖੰਡ ਮਲਾਈ ਆ, ਹੈ ਚੱਲ, ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਜਿਹੜਾ ਜੰਮ ਗਿਆ ਬਾਈ, ਉਹਦੇ ਵਿੱਚ ਤਾਂ ਕੋਈ ਮਿਲਾਵਟ ਕੀਤੀ ਹੁੰਦੀ ਆ ਹੈ ਨਾ, ਅਤੇ ਆਪਾਂ ਖਰੀਦਦੇ ਨਹੀਂ ਗੇ, ਇਹਦੇ ਵਿੱਚ ਵੀ ਤੁਸੀਂ ਕਹਿ ਰਹੇ ਵੀ ਇਹ ਜੰਮ ਗਿਆ। ਹਾਂ, ਜੰਮਣ ਦਾ ਕਾਰਨ ਆ ਗਾ, ਕੋਈ ਵੀ ਤੇਲ ਵਾਲੀ ਫਸਲ ਉਹਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਸ਼ਹਿਦ ਦੇ ਵਿੱਚ ਗਲੂਕੋਜ਼ ਦੀ ਮਾਤਰਾ ਹੋ ਗਈ, ਉਹਦਾ ਕਾਰਨ ਜੰਮ ਗਿਆ। ਆਪਣੇ ਇੰਡੀਆ ਦੇ ਵਿੱਚ 70% ਸ਼ਹਿਦ ਇਹੀ ਚਿੱਟਾ ਸ਼ਹਿਦ ਹੀ ਮਿਲੂਗਾ ਤੁਹਾਨੂੰ, 30% ਆਹ ਸ਼ਹਿਦ ਹੋਊਗਾ। ਇਹ ਲੋਕਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਸ਼ਹਿਦ ਦਾ, ਇਹ ਸਿੱਧਾ ਆਪਣਾ ਇੰਡੀਆ ਦਾ ਸਾਰਾ ਅਮਰੀਕਾ ਵਰਗੇ 2-3 ਦੇਸ਼ ਹੋਰ ਲੈ ਲੈਂਦੇ, ਬਾਹਰ ਜਾਂਦਾ ਕਰੀਮ ਹਣੀ ਦੇ ਨਾਮ ਤੇ ਵਿਕਦਾ, ਇਹ ਇੰਡੀਆ ਦੇ ਵਿੱਚ ਬਚੂਆ ਹੀ ਨਹੀਂ, ਸ਼ਹਿਦ ਸਾਰਾ ਬਾਹਰ ਐਕਸਪੋਰਟ ਹੋ ਜੂਗਾ। ਅਸੀਂ ਲੋਕਾਂ ਨੂੰ, ਗ੍ਰਾਹਕ ਨੂੰ ਦਿੰਦੇ ਨਹੀਂ, ਗ੍ਰਾਹਕ ਨੂੰ ਖੰਡ ਕਹਿੰਦਾ ਸਾਰਾ ਬਾਹਰ ਜਾਣਾ, ਅਸੀਂ ਨਾ ਰਿਟੇਲ ਦੇ ਵਿੱਚ ਕਿਤੇ ਰੇਹੜੀਆਂ ਲਾ ਕੇ ਵੇਚਦੇ ਹਾਂ, ਘਰੇ ਕੋਈ ਆਜ ਤਾਂ ਦੇ ਦਿੰਦੇ ਹਾਂ, ਸਾਨੂੰ ਇਹ ਚੀਜ਼ ਨਾਲ ਹੈ ਨਹੀਂ ਮਤਲਬ, ਲੋਕਾਂ ਨੂੰ ਇੱਕ ਜਾਗਰੂਕਤਾ ਫੈਲਾਉਣਾ ਸਾਡਾ ਇੱਕ ਕੰਮ ਹੈ, ਲੋਕਾਂ ਨੂੰ ਸਮਝਾਉਂਦੇ ਰਹਿੰਦੇ ਹਾਂ ਵੀ ਆਹ ਸ਼ਹਿਦ ਸਹੀ ਹੈ, ਇਹਦੇ ਨਾਲੋਂ ਆਹ ਸ਼ਹਿਦ ਸਹੀ ਹੈ। ਆਪਣੇ ਇੰਡੀਆ ਦੇ ਵਿੱਚ ਜਦੋਂ ਆਹ 30% ਸ਼ਹਿਦ ਰਹਿ ਗਿਆ, ਆਪਣੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦਾ ਪੂਰਾ ਨਹੀਂ ਹੁੰਦਾ, ਫਿਰ ਉਹ ਆਹ ਸ਼ਹਿਦ ਨੂੰ ਪ੍ਰੋਸੈਸਿੰਗ ਕਰਦੀਆਂ, ਪ੍ਰੋਸੈਸਿੰਗ ਮਤਲਬ ਛਾਣਨਾ, ਉਸ ਤੋਂ ਬਾਅਦ ਇਹਨੂੰ ਹੀਟ ਦੇ ਦਿੰਦੀਆਂ, ਜਦੋਂ ਹੀਟ ਦੇ ਤਾਂ ਇਹਨੂੰ ਫੁੱਲ ਟੈਂਪਰੇਚਰ ਦੇ ਉੱਤੇ, ਤੇ ਇਹਦਾ ਵੀ ਆਹ ਕਲਰ ਬਣ ਜੂਗਾ। ਪਰ ਜਦੋਂ ਸ਼ਹਿਦ ਨੂੰ ਗਰਮ ਕਰਤਾ, ਅਸੀਂ ਐਂ ਕਹਿੰਦੇ ਹਾਂ, ਜਦੋਂ ਸ਼ਹਿਦ ਨੂੰ ਗਰਮ ਕਰਤਾ, ਉਹ ਤੁਹਾਡੇ ਖਾਣ ਦੇ ਲਾਇਕ ਰਿਹਾ ਹੀ ਨਹੀਂ, ਇੱਕ ਮਿੱਠਾ ਪਦਾਰਥ ਰਹਿ ਗਿਆ, ਉਹਦੇ ਵਿੱਚ ਗੁਣ ਸਾਰੇ ਅੱਗ ਨੇ ਮਚਾ ਤੇ ਖਤਮ ਕਰਤੇ ਜੀ। ਸ਼ਹਿਦ ਤਾਂ ਬੱਚਿਆਂ ਨੂੰ ਦੇਣ ਵੇਲੇ ਵੀ ਤੱਤਾ ਨਾ ਕਰੋ, ਗਰਮ ਪਾਣੀ ਦੇ ਵਿੱਚ ਕੌਲੀ ਧਰ ਕੇ ਨਿੱਘਾ ਕਰ ਸਕਦੇ ਆਪਾਂ, ਕੋਸਾ ਕਹਿੰਦੇ, ਤੇ ਕੰਪਨੀਆਂ ਇਹਨੂੰ ਤੱਤਾ ਕਰਕੇ ਆਹ ਰੰਗ ਬਣਾ ਕੇ ਦੇ ਦੇਣਗੀਆਂ ਤੁਹਾਨੂੰ। ਇਹ ਸ਼ਹਿਦ 30% ਹੀ ਹੁੰਦਾ, ਟਾਲੀ ਦਾ, ਬੇਰੀ ਦੇ ਫੁੱਲਾਂ ਤੋਂ, ਟਾਲੀ ਦੇ ਫੁੱਲਾਂ ਤੋਂ ਜਾਂ ਹਿਮਾਚਲ ਦੇ ਵਿੱਚ ਕਈ ਤਰ੍ਹਾਂ ਦੇ ਫੁੱਲਾਂ ਤੋਂ ਮਿਲਦਾ ਇਹ ਸ਼ਹਿਦ ਹੁੰਦਾ ਜਿਹੜਾ, ਪਰ ਕੰਪਨੀਆਂ ਇਹਨੂੰ ਵੀ ਆਹ ਬਣਾ ਦੇਣਗੀਆਂ ਬਣਾ ਕੇ, ਪਰ ਉਹਦਾ ਇਕੱਲਾ ਇੱਕ ਟੇਸਟ ਹੀ ਰਹਿ ਜੂਗਾ, ਗੁਣ ਆ ਉਹਦੇ ਵਿੱਚ, ਗੁਣ ਖਤਮ, ਜਿੰਨੇ ਵੀ ਤੱਤ ਪਾਏ ਜਾਂਦੇ ਹਰ ਖਤਮ ਹੋ ਜਾਂਦੇ। ਹਾਂ, ਕੰਪਨੀਆਂ ਜਿਹੜਾ ਡੱਬੇ ਬੰਦ ਸ਼ਹਿਦ ਆਉਂਦਾ ਸਾਰਾ ਉਹਦੇ ਉੱਤੇ ਲਿਖਿਆ ਉਹ ਪ੍ਰੋਸੈਸਿੰਗ ਸ਼ਹਿਦ, ਪ੍ਰੋਸੈਸਿੰਗ ਹੀਟਿੰਗ ਦੇ ਕੇ ਛਾਣ ਕੇ ਪ੍ਰੋਸੈਸ ਹੋਊਗਾ, ਉਹ ਹੋਊਗਾ। ਆਈ ਨੂੰ ਬਾਈ ਕਿੰਨੇ ਦਿਨ ਹੋ ਗਏ ਜਿਹੜਾ ਇਹਦੇ ਵਿੱਚ ਪਏ? ਇਹ ਕੱਲ ਦਾ, ਕੱਲ ਦਾ ਇਹ ਹੁਣ ਮਤਲਬ ਤੀਜੇ ਜਾਂ ਚੌਥੇ ਦਿਨ ਇਹਦੇ ਨਾਲ ਅਰਗ ਬਣ ਜੂਗਾ, ਇਹਦੇ ਵਰਗਾ ਬਣ ਜੂਗਾ, ਤੇ ਇਹ ਪੂਰਾ ਹਾਰਡ ਨਹੀਂ ਹੁੰਦਾ ਹਨਾ? ਹਾਰਡ ਹੋ ਜੂਗਾ, ਹੁਣ ਟੈਂਪਰੇਚਰ ਘੱਟ ਗਿਆ, 2-8 ਦਿਨ ਪਹਿਲਾਂ ਵਾਲਾ ਪੂਰਾ ਹਾਰਡ ਹੀ ਸੀ, ਉਂਗਲ ਵੀ ਨਹੀਂ ਖੁੱਭਣੀ, ਹਾਰਡ ਹੁੰਦਾ ਨਹੀਂ ਪਰ ਰਹੂ ਮੁਲਾਇਮ, ਜਿਵੇਂ ਘਿਓ ਪੂਰਾ ਹਾਰਡ ਹੋ ਗਿਆ, ਪਰ ਘਿਓ ਦੇ ਵਿੱਚ ਜਦੋਂ ਤੁਸੀਂ ਉਂਗਲ ਮਾਰੋਗੇ ਹੋਊ ਤਾਂ ਚੀਕਣਾ ਹੀ ਨਾ, ਉਹ ਮੁਲਾਇਮ ਰੂ ਡਲੀ ਨਹੀਂ ਬਣਨੀ ਚਾਹੀਦੀ ਪੱਥਰ ਦੀ ਤਰ੍ਹਾਂ, ਜਿਵੇਂ ਗੁੜ ਕਿਸੇ ਨੇ ਮਿਲਾਤਾ ਜਾਂ ਖੰਡ ਦੀ ਚਾਸ ਆਪਣੇ ਵਿਆਹ ਤੋਂ ਮਗਰੋਂ ਬਚੀ ਰਹਿ ਜਾਂਦੀ ਹੈ, ਉਹਦੀ ਸਾਰੀ ਦੀਆਂ ਡਲੀਆਂ ਬਣਦੀਆਂ, ਇਹਦੀ ਡਲੀਆਂ ਨਹੀਂ ਬਣਨੀਆਂ, ਨੂਣ ਮੁਲਾਇਮ ਹੀ ਰਹੂਗਾ ਹਰ ਟਾਈਮ ਘਿਓ ਦੇ ਤਰ੍ਹਾਂ।
ਤੇ ਇਹਨੂੰ ਜੇ ਹਲਕਾ ਗਰਮ ਕਰ ਲਈਏ ਤਾਂ ਉਹ ਵੀ ਹਲਕਾ ਗਰਮ ਕਰਕੇ ਆਹ ਕਲਰ ਆ ਜਾਊਗਾ ਇਦਾਂ ਹੀ ਆ ਜਾਣਾ ਗਰਮੀ ਦੇ ਵਿੱਚ ਵੀ ਆਹ ਕਲਰ ਆ ਜਾਊਗਾ ਇਹਦਾ ਠੀਕ ਹੈ ਕੇਰਾ ਜੰਮ ਜਾਣਾ ਇਹਨੂੰ ਧੁੱਪੇ ਧਰੋ ਪਰ ਅਸੀਂ ਸਿਫਾਰਸ਼ ਕਿ ਮੈਂ ਇੱਥੋਂ ਬਿਨਾਂ ਕਿਤੋਂ ਵੀ ਲੈਂਦੇ ਹਾਂ ਅਸੀਂ ਆਹ ਸ਼ਹਿਰ ਦੀ ਜ਼ਿਆਦਾ ਸਿਫਾਰਿਸ਼ ਕਰਦੇ ਇਹਦੇ 'ਚ ਮੰਨ ਕੇ ਜ਼ਿਆਦਾ ਗੁਣ ਇਹਦੇ ਵਿੱਚ ਜ਼ਿਆਦਾ ਗੁਣ ਹੈ ਲੋਕ ਆਉਂਦੇ ਮੱਖੀਆਂ ਵਾਲੇ ਖੰਡ ਪਾਉਂਦੇ ਮੱਖੀ ਪਹਿਲੀ ਗੱਲ ਤਾਂ ਖੰਡ ਮੱਖੀਆਂ ਨੂੰ ਬਚਾਉਣ ਵਾਸਤੇ ਪਾਉਣੀ ਜਾਂਦੀ ਹੈ ਜਿਵੇਂ ਤੁਹਾਨੂੰ ਦੱਸਿਆ ਵੀ 40 ਦਿਨ ਦੀ ਉਮਰ ਹੈ 42 ਦਿਨ ਦੀ ਉਹ ਨਵਾਂ ਅੰਡਾ ਵੀ ਦਵਾਉਣਾ ਹੁੰਦਾ ਉਹ ਖੰਡ ਪਾ ਕੇ ਤੋਂ ਬਾਹਰ ਨਹੀਂ ਆ ਰਿਹਾ ਦੂਜੀ ਗੱਲ ਅੱਜ ਇੱਥੇ ਪਿੰਡ ਦੇ ਵਿੱਚ ਕਿਸੇ ਦੇ ਵਿਆਹ ਚੱਲੀ ਜਾਂਦਾ ਹੋਊਗਾ ਦੂਜੇ ਫਾਰਮ ਦੇ ਉੱਤੇ ਪੈਲਸ ਹੈ ਪੈਲਸ ਦੇ ਵਿੱਚ ਮਿੱਠੀ ਮਠਿਆਈ ਪਈ ਹੈ ਜੇ ਅਸੀਂ ਖੰਡ ਸਾਡੀ ਮੱਖੀ ਖਾਂਦੀ ਉਹ ਤਾਂ ਪੈਲਸ ਵਾਲੀ ਮਠਿਆਈ ਤੇ ਕਿਉਂ ਨਹੀਂ ਜਾਂਦੀ ਬਿਲਕੁਲ ਜਦੋਂ ਗਰਮੀਆਂ ਦੇ ਵਿੱਚ ਕਿਤੇ ਵੀ ਫੁੱਲ ਹੈ ਨਹੀਂ ਉਦੋਂ ਮੱਖੀ ਖੰਡ ਤੇ ਜਾਊ ਖੰਡ ਵੀ ਖਾਊ ਅੱਜ ਇਹਦੇ ਮੂਹਰੇ ਖੰਡ ਘੋਲ ਕੇ ਪਾ ਦਿਓ ਤਾਂ ਮੱਖੀ ਖੰਡ ਦੇ ਉੱਤੇ ਬੈਠੂ ਹੀ ਨਹੀਂ ਜਦੋਂ ਫਸਲਾਂ ਦੇ ਉੱਤੇ ਵਾਧੂ ਸ਼ਹਿਦ ਪਿਆ ਸਰੋਂ ਦੇ ਟਾਈਮ ਤੇ ਫਸਲਾਂ ਦੇ ਉੱਤੇ ਇੰਨਾ ਸ਼ਹਿਦ ਹੈ ਕੋਈ ਖੰਡ ਘੋਲ ਕੇ ਪਾਊਗਾ ਮੱਖੀ ਨੂੰ ਖਵਾਊਗਾ ਚਕਾਊਗਾ ਤੇ ਉਹ ਚੱਕਦੀ ਨਹੀਂ ਉਹਨੂੰ ਮਿੱਠਾ ਪਦਾਰਥ ਸ਼ਹਿਦ ਹੀ ਬਹੁਤ ਮਿਲ ਜਾਂਦਾ ਇਸ ਕਰਕੇ ਅੱਜ ਕੱਲ੍ਹ ਮਿਲਾਵਟ ਕਰਨ ਦਾ ਟਾਈਮ ਹੀ ਨਹੀਂ ਹਰ 5 ਦਿਨਾਂ ਬਾਅਦ ਸ਼ਹਿਦ ਨਿਕਲੀ ਜਾਂਦਾ ਅਗਲੇ ਕੋਲ ਮਿਲਾਵਟ ਹੋ ਹੀ ਨਹੀਂ ਸਕਦੀ ਦੂਜੀ ਗੱਲ ਜਦੋਂ ਬਾਹਰ ਐਕਸਪੋਰਟ ਕਰੂਗਾ ਇਹਦੀ 25% ਪੇਮੈਂਟ ਕੰਪਨੀਆਂ ਦੇ ਵਿੱਚ ਰਹੂਗੀ ਐਕਸਪੋਰਟਰਾਂ ਦੇ ਵਿੱਚ ਰਹੂਗੀ ਉਹ ਜੇ ਤੁਹਾਡਾ ਸੈਂਪਲ ਫੇਲ ਹੋ ਗਿਆ ਤੁਹਾਡੀ ਪੇਮੈਂਟ ਜਾਊਗੀ ਜਾਊ ਹਾਂ ਇਸ ਕਰਕੇ ਸਹੀ ਸ਼ਹਿਦ ਹੀ ਹੋਊਗਾ ਇਹ ਹਾਂ ਬਿਲਕੁਲ ਇੱਕ ਬਈ ਆਪਣੇ ਕੋਲ ਆਹ ਤਾਂ ਜਿਵੇਂ ਆਪਾਂ ਕਹਿੰਦਾ ਆਪਣੇ ਅੱਖਾਂ 'ਚ ਵੀ ਐਂ ਵਰਕਦਾ ਵੀ ਆਹ ਰੰਗ ਦਾ ਇੱਕ ਜਿਹੜਾ ਬਈ ਆਹ ਪਿਆ ਗਾ ਇਹਦਾ ਕਾਰਨ ਆਹ ਹੋ ਗਿਆ ਆਹ ਸ਼ਹਿਦ ਤਿਆਰ ਕਰਨ ਵਾਸਤੇ 10-12 ਮਹੀਨੇ ਦੇ ਵਿੱਚ ਬੇਰੀ ਉੱਤੇ ਮੱਖੀ ਦੇ ਬਕਸੇ ਰੱਖੇ ਗਏ ਸੀ ਬੇਰੀਆਂ ਦੀ ਰੇਂਜ ਦੇ ਵਿੱਚ ਠੀਕ ਹੈ ਬਈ ਠੀਕ ਹੈ ਜੀ ਉਸ ਤੋਂ ਬਾਅਦ ਉਸ ਟਾਈਮ ਦੇ ਉੱਤੇ ਕੁਝ ਖੇਤ ਨਰਮੇ ਦੇ ਵੀ ਸੀਗੇ ਬੇਰੀ ਨੇ ਆਹ ਸ਼ਹਿਦ ਦੇਣਾ ਸੀਗਾ ਨਰਮੇ ਦੇ ਉੱਤੋਂ ਆਹ ਸ਼ਹਿਦ ਆਉਣਾ ਸੀਗਾ ਠੀਕ ਹੈ ਇਹ ਜਿਹਾ ਕਲਰ ਬਣਨਾ ਸੀ ਜਦੋਂ ਇਹ ਦੋਨੇ ਮਿਕਸ ਹੋ ਗਏ ਤੇ ਆਹ ਚੀਜ਼ ਬਣ ਗਿਆ ਕਲਰ ਬਣ ਗਿਆ ਮੱਖੀ ਨੂੰ ਆਪਾਂ ਰੋਕ ਤਾਂ ਨਹੀਂ ਸਕਦੇ ਸੀ ਉਹ ਬੇਰੀ ਦੇ ਫੁੱਲਾਂ ਤੇ ਵੀ ਜਾਏਗੀ ਨਰਮੇ ਦੇ ਫੁੱਲਾਂ ਤੇ ਵੀ ਜਾਏਗੀ ਜਿਹੜੇ ਡੱਬੇ ਦੀ ਨਰਮੇ ਤੇ ਵੱਧ ਵਗ ਗਈ ਤਾਂ ਉਧਰ ਬੇਰੀ ਵਾਲਾ ਮਿਲ ਕੇ ਆਹ ਦੋਨਾਂ ਰੰਗਾਂ ਦਾ ਵਿਗੜ ਕੇ ਆਹ ਰੰਗ ਬਣ ਗਿਆ ਆਹ ਬਣ ਗਿਆ ਹਾਂ ਪਰ ਤੱਤ ਤਾਂ ਉਹੀ ਤੱਤ ਸਾਰਿਆਂ 'ਚ ਇੱਕੋ ਹੀ ਹੈ ਆਹ ਚਾ ਇਹਦੇ ਵਿੱਚ ਜੇ ਗਲੂਕੋਜ਼ ਦੀ ਮਾਤਰਾ ਵੱਧ ਚਾਹੀਦੀ ਸ਼ਹਿਦ ਵਿੱਚ ਇਹਨਾਂ ਵਿੱਚ ਗਲੂਕੋਜ਼ ਦੀ ਮਾਤਰਾ ਘੱਟ ਹੈ ਵੱਧ ਹੈ ਇਹਦੇ ਵਿੱਚ ਫਰੂਕਟੋਜ਼ ਦੀ ਮਾਤਰਾ ਵੱਧ ਠੀਕ ਹੈ ਮੰਨ ਕੇ ਚਲੋ ਹਰੇਕ ਜਿਵੇਂ ਆਹ ਟਾਈਮ ਆ ਜਿਵੇਂ ਬਈ ਹੁਣ ਸਰੋਂ ਆਸੇ ਪਾਸੇ ਸਰੋਂ ਦੇ ਫੁੱਲ ਆ ਤਾਂ ਹੁਣ ਸਰੋਂ ਦਾ ਜਿਹੜਾ ਰਸ ਲੈ ਕੇ ਇੱਥੋਂ ਸ਼ਹਿਦ ਤਿਆਰ ਹੋ ਰਿਹਾ ਜਿਵੇਂ ਆਹ ਬੇਰੀਆਂ ਵਾਲਾ ਹੋ ਗਿਆ ਜਾਂ ਨਰਮੇ ਵਾਲਾ ਹੋ ਗਿਆ ਤਾਂ ਵੱਖੋ ਵੱਖਰੇ ਆਪਾਂ ਕਹਿ ਲਈਏ ਇੱਕ ਫਲੇਵਰ ਬਣਦੀ ਹੈ ਬਣਾਉਂਦੀ ਹੈ ਸਾਰੇ ਅਲੱਗ ਅਲੱਗ ਕਲਰ ਹੈ ਅਤੇ ਬਈ ਕੋਈ ਮਿਲਾਵਟ ਵੀ ਹੁੰਦੀ ਆ ਜਾਂ ਗੱਲਾਂ ਹੀ ਹੈ ਮਿਲਾਵਟ ਕੁਛ ਲੋਕ ਕਰ ਸਕਦੇ ਆ ਪਰ ਜ਼ਿਆਦਾਤਰ ਮੱਖੀਆਂ ਵਾਲੇ ਬੰਦੇ ਮਿਲਾਵਟ ਨਹੀਂ ਕਰਦੇ ਉਹਨਾਂ ਦਾ ਮਾਲ ਧਾਰ ਜਾਣਾ ਹਾਂਜੀ ਅੱਗੇ ਕੰਪਨੀਆਂ ਮਿਲਾਵਟ ਕਰ ਰਹਿੰਦੀਆਂ ਜਦੋਂ ਉਹਨਾਂ ਨੂੰ ਪੂਰਾ ਸ਼ਹਿਦ ਨਹੀਂ ਮਿਲਦਾ ਜਿਵੇਂ ਆਪਣੇ ਇੰਡੀਆ ਦੇ ਲੋਕ ਆਖਣਗੇ ਸਾਨੂੰ ਆਹ ਰੰਗ ਚਾਹੀਦਾ ਇਹ ਰੰਗ ਕੋਈ ਡੱਬਿਆਂ ਵਾਲਾ ਤਿਆਰ ਹੀ 30% ਮਾਲ ਕਰ ਸਕਦਾ ਉਹਨਾਂ ਦੀ ਖਪਤ ਵੱਧ ਹੈ ਫਿਰ ਉਹ ਇਹਨੂੰ ਤੱਤਾ ਕਰਕੇ ਜਾਂ ਕੁਛ ਵੀ ਕਰਕੇ ਆਹ ਰੰਗ ਦਾ ਸ਼ਹਿਦ ਮਿਲਾਵਟ ਵਾਲਾ ਕੰਪਨੀਆਂ ਪਿੰਡਾਂ ਦੇ ਵਿੱਚ ਭੇਜਣੀ ਹੈ ਇਹ ਤਾਂ ਪਤਾ ਬਿਲਕੁਲ ਨਹੀਂ ਲੱਗਦਾ ਨਹੀਂ ਪਤਾ ਨਹੀਂ ਲੱਗ ਸਕਦਾ ਸ਼ਾਇਦ ਕੋਈ ਕੁਛ ਹੀ ਆਖੀ ਜਾਵੇ ਟੈਸਟ ਦੱਸ ਸਕਦਾ ਤੇ ਜਾਂ ਆਪਦੇ ਤਸੱਲੀ ਵਾਲੇ ਬੰਦੇ ਤੋਂ ਲੈਤਾ ਉਹ ਤੋਂ ਪਤਾ ਲੱਗ ਸਕਦਾ ਉਹ ਨਹੀਂ ਪਤਾ ਲੱਗ ਸਕਦਾ ਜਾਂ ਕਿਸੇ ਨੇ ਖੰਡ ਘੋਲ ਕੇ ਪਾਤੀ ਜਾਂ ਗੁੜ ਘੋਲ ਕੇ ਪਾਤਾ ਉਹ 4 ਦਿਨਾਂ ਨੂੰ ਜੰਮ ਜੂ ਵਿੱਚ ਪੱਥਰ ਦੇ ਤਰ੍ਹਾਂ ਡਾਲੀਆਂ ਬਣ ਜਾਣਗੀਆਂ ਉਹ ਮਿਲਾਵਟ ਹੋ ਸਕਦੀ ਉਹ ਜਿਵੇਂ ਖੱਟਾ ਹੋ ਜੂ ਅਸੀਂ ਐਂ ਕਹਿੰਦੇ ਵੀ ਸਾਡਾ ਸ਼ਾਇਦ 10 ਸਾਲ ਰੱਖ ਲਓ ਖੱਟਾ ਹੀ ਨਹੀਂ ਹੁੰਦਾ ਜੇ ਕਿਸੇ ਨੇ ਪਾਣੀ 'ਚ ਖੰਡ ਘੋਲ ਕੇ ਪਾਤੀ ਸ਼ਹਿਦ 'ਚ ਖੰਡ ਘੋਲ ਕੇ ਖੱਟਾ ਹੋ ਜੂ ਸਾਲ ਇੱਕ ਹੋਰ ਚੀਜ਼ ਕਹਿੰਦੇ ਹੁੰਦੇ ਬਈ ਜਿੰਨਾ ਕਹਿੰਦੇ ਪੁਰਾਣਾ ਸ਼ਹਿਦ ਹੋਵੇ ਉਨਾ ਹੀ ਚੰਗਾ ਉਨਾ ਹੀ ਚੰਗਾ ਉਹ ਕੀ ਉਹਦੇ ਵਿੱਚ ਆਏ ਆ ਸ਼ਹਿਦ ਪੁਰਾਣਾ ਹੋਵੇ ਚੰਗਾ ਪਰ ਪੁਰਾਣਾ ਸ਼ਹਿਦ ਫੇਰ ਚੰਗਾ ਜੇ ਪਹਿਲੀ ਵਾਰ ਤਾਂ ਮੱਖੀ ਵਾਲੇ ਕੱਢਣ ਵਾਲੇ ਨੇ 15 ਦਿਨਾਂ ਦੇ ਗੈਪ ਤੇ ਬਹੁਤ ਵਧੀਆ ਪਕਾ ਕੇ ਜਦੋਂ ਸੀਲਿੰਗ ਹੋ ਗਈ ਜਦੋਂ ਫਸਲ ਦੇ ਉੱਤੋਂ ਸ਼ਹਿਦ ਲਿਆਊਗੀ ਮੱਖੀ ਉਹਦੇ ਵਿੱਚ 70% ਪਾਣੀ ਹੋਊਗਾ ਪਤਲਾ ਪਾਣੀ ਹੋਊਗਾ ਜਮਾਂ ਉਹਨੂੰ ਰਾਤ ਨੂੰ ਇਹ ਪ੍ਰੋਸੈਸਿੰਗ ਕਰਦੀ ਹੈ ਪੀ ਲਿਆ ਦੋ ਮੱਖੀ ਦੇ ਦੋ ਢਿੱਡ ਹੁੰਦੇ ਇੱਕ ਮੂਹਰਲਾ ਇੱਕ ਪਿਛਲਾ ਮੂਹਰਲੇ ਬੀਜ ਦੀ ਪਾਲਿਆ ਕੱਢ ਲਿਆ ਉਹ ਪ੍ਰੋਸੈਸਿੰਗ ਕਰਦੀ ਇਹਨੂੰ ਗਾੜਾ ਕਰੂਗੀ ਜਦੋਂ ਬੰਦੇ ਨੇ ਪੂਰਾ ਪ੍ਰੋਸੈਸਿੰਗ ਕਰਾ ਕੇ ਪੱਕਿਆ ਸ਼ਹਿਦ ਕੱਢਿਆ ਉਹ ਕਦੇ ਵੀ ਖਰਾਬ ਨਹੀਂ ਹੋਊਗਾ ਉਹਦੇ ਵਿੱਚ ਮੋਇਸਚਰ ਹੈ ਨਹੀਂ ਕਹਿਣ ਦਾ ਮਤਲਬ ਪਾਣੀ ਮੱਖੀ ਨੇ ਸਾਰਾ ਸੋਖਤਾ ਜੇ ਕਿਸੇ ਨੇ ਜਲਦਬਾਜ਼ੀ 'ਚ ਲਾਲਚ ਦੇ ਵਿੱਚ ਕੱਚਾ ਸ਼ਹਿਦ ਕੱਢੀ ਗਿਆ ਉਹ ਤੁਹਾਡਾ ਮਹੀਨੇ ਬਾਅਦ ਸਾਲ ਬਾਅਦ ਖੱਟਾ ਹੋ ਜੂਗਾ ਪਰ ਅਸੀਂ ਕਹਿੰਦੇ ਹਾਂ ਸ਼ਹਿਦ ਦੇ ਦਿਨੋਂ ਦਿਨ ਸਾਡੇ ਦੇ ਕਲਰ ਚੇਂਜ ਹੋਈ ਜਾਣਗੇ ਥੋੜ੍ਹੇ ਥੋੜ੍ਹੇ ਲਾਲ ਹੋ ਜੂਗਾ ਇਹ ਜਾਂ ਹੋ ਜੂ ਪਰ ਸ਼ਹਿਦ ਖੱਟਾ ਜਾਂ ਖਰਾਬ ਨਹੀਂ ਹੋਊਗਾ ਕੋਈ ਵੀ ਜਾਲਾ ਨਹੀਂ ਪਊਗਾ ਉਹਦੇ ਵਿੱਚ ਬਿਲਕੁਲ
ਜਦੋਂ ਆਪਾਂ ਬੱਚਿਆਂ ਨੂੰ ਦੇਣਾ ਕਿਤੋਂ ਵੀ ਉਹਨੂੰ ਤੱਤਾ ਕਰਕੇ ਦੇਣਾ ਨਹੀਂ ਹੁੰਦਾ, ਪਾਣੀ ਟੱਚ ਨਹੀਂ ਹੋਣਾ ਚਾਹੀਦਾ ਸ਼ਹਿਦ ਨਾਲ, ਸ਼ਹਿਦ ਨੂੰ ਕਦੇ ਵੀ, ਹਾਂ ਜਦੋਂ ਪੈਕਿੰਗ ਦੇ ਵਿੱਚ, ਪੈਕਿੰਗ ਦੇ ਫਿਰ ਤੁਹਾਡਾ ਸ਼ਹਿਦ ਖਰਾਬ ਹੋਣ ਲੱਗ ਜੂਗਾ ਜਦੋਂ ਸ਼ਹਿਦ ਪਾਣੀ ਲੱਗ ਗਿਆ ਇਹਨੂੰ। ਬਿਲਕੁਲ। ਅਤੇ ਮਿੱਤਰੋ ਐਵੇਂ ਨਾ ਡਰਿਆ ਕਰੋ ਹੈ ਨਾ, ਜਿਹੜਾ ਆਹ ਸ਼ਹਿਦ ਆ ਤਾਂ ਇਹ ਵੀ ਕਹਿੰਦੇ ਬੜਾ ਗੁਣਕਾਰੀ ਆ, ਅਤੇ ਬਾਕੀ ਆਪਾਂ ਨੂੰ ਤਾਂ ਭਾਈ ਆਹ ਕਹਿ ਦਿੰਦੇ ਵੀ ਆਹ ਰੰਗ ਵਾਲਾ ਸ਼ਹਿਦ ਹੀ ਆਪਾਂ ਤਾਂ ਸ਼ੁੱਧ ਮੰਨਦੇ ਹਾਂ, ਅਤੇ ਬਾਕੀ ਬਾਈ ਜਾਣਕਾਰੀ ਚੰਗੀ ਲੱਗੀ ਹੈ ਨਾ, ਤਾਂ ਧੰਨਵਾਦ ਬਾਈ ਹੈ ਨਾ। ਅਤੇ ਮਿੱਤਰੋ ਤੁਸੀਂ ਵੀ ਸ਼ੇਅਰ ਕਰ ਦਿਓ ਆ ਵੀਡੀਓ ਨੂੰ, ਜਿਹੜੇ ਭਰਾ ਕਹਿੰਦੇ ਵੀ ਹੈ ਨਾ ਸ਼ਾਇਦ ਆਹੀ ਰੰਗ ਦਾ ਲੈਣਾ, ਅਤੇ ਆਹ ਦੱਸਿਓ ਵੀ ਕਿਹੜੇ ਕਿਹੜੇ ਭਰਾ ਸ਼ਾਇਦ ਖਾਂਦੇ ਆ, ਕਮੈਂਟ ਕਰਕੇ ਹੈ ਨਾ। ਅਤੇ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ, ਧੰਨਵਾਦ ਜੀ।